ਸੁਪਰੀਮ ਕੋਰਟ ਦੇ ਜੱਜ ਆਰ ਐਸ ਲੋਧਾ ਨੇ ਅੱਜ ਦੇਸ਼ ਦੇ ਮੁੱਖ ਜੱਜ ਦੇ ਰੂਪ 'ਚ ਹਲਫ ਲਿਆ। ਉਹਨਾਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਦੀ ਸਹੁੰ ਚੁਕਾਈ। ਉਹ ਦੇਸ਼ ਦੇ 41ਵੇਂ ਮੁੱਖ ਜੱਜ ਹੋਣ ਹਨ। ਜਸਟਿਸ ਲੋਧਾ ਨੇ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਪੀ ਸਤਾਸ਼ਿਵਮ ਦਾ ਸਥਾਨ ਲਿਆ ਹੈ। ਉਹਨਾਂ ਦਾ ਕਾਰਜਕਾਲ ਕੱਲ੍ਹ ਖਤਮ ਹੋ ਗਿਆ। ਲੋਧਾ ਅਗਲੇ 5 ਮਹੀਨਿਆਂ ਤੱਕ ਸੁਪਰੀਮ ਕੋਰਟ ਦੇ ਮੁੱਖ ਜੱਜ ਬਣੇ ਰਹਿਣਗੇ। ਉਹਨਾਂ ਦਾ ਕਾਰਜਕਾਲ 27 ਸਪਤੰਬਰ 2014 ਨੂੰ ਖਤਮ ਹੋਵੇਗਾ। ਜਸਟਿਸ ਲੋਧਾ ਨੇ ਕਈ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕੀਤੀ ਹੈ, ਜਿਨ੍ਹਾਂ 'ਚ ਕੋਲਾ ਬਲਾਕ ਵੰਡ 'ਚ ਬੇਨਿਯਮੀਆਂ ਨਾਲ ਸੰਬੰਧ ਮੁਕੱਦਮੇ ਵੀ ਸ਼ਾਮਲ ਹਨ। After arrival, the national anthem would be played. ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।